ਸਾਰੇ ਮਿੱਤਰੋ ਬਈ ਸਾਰਿਆਂ ਨੂੰ ਅੱਜ ਇੱਕ ਹੋਰ ਨਵੀਂ ਵੀਡੀਓ ਤੇ ਮੈਂ ਥੋੜਾ ਸਵਾਗਤ ਸਾਰਿਆਂ ਦਾ ਆ ਬਾਈ ਆਪਣੇ ਦਾ ਪਰਮਿੰਦਰ ਸਿੱਧੂ ਜੁੜਿਆ ਅੱਜ ਫਿਰ ਤੁਸੀਂ ਇਹਨੂੰ ਲਾਸਟ ਵੀਡੀਓ ਵਿੱਚ ਵੀ ਦੇਖਿਆ ਵਾ ਚੈਨਲ ਨੂੰ ਜ਼ਿਆਦਾ ਜ਼ਿਆਦਾ ਸਬਸਕ੍ਰਾਈਬ ਕਰਿਓ ਸ਼ੇਅਰ ਕਰੋ ਦਰਦਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ 10ਵੀਂ ਪਿੰਡ ਆਲਮਗੀਰ ਦੀ ਦਰਸ਼ਨੀ ਦਿਹਾੜੀ ਪਾਤਸ਼ਾਹੀ 10ਵੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੰਜੀ ਸਾਹਿਬ ਆਲਮਗੀਰ ਬਹੁਤ ਹੀ ਸੋਹਣਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਣਾ ਸ਼ੁਭ ਨਾਮ ਮੇਰਾ ਨਾਮ ਭਾਈ ਬਘੇਲ ਸਿੰਘ ਜੀ ਅਤੇ ਬਾਬਾ ਜੀ ਆਪਣਾ ਇੱਥੋਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਆਪਾਂ ਜਾਣਕਾਰੀ ਦਿਓ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁੱਚੀਆਂ ਸੰਗਤਾਂ ਨੂੰ ਜੋ ਇਹ ਪਾਵਨ ਪਵਿੱਤਰ ਸਥਾਨ ਹੈ ਇਹਦਾ ਨਾਮ ਹੈ ਗੁਰਦੁਆਰਾ ਮੰਜੀ ਸਾਹਿਬ ਅਤੇ ਨਗਰ ਦਾ ਨਾਮ ਹੈ ਆਲਮਗੀਰ ਇੱਥੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਾਛੀਵਾੜਾ ਸਾਹਿਬ ਦੀ ਧਰਤੀ ਤੋਂ ਉੱਚ ਦੇ ਪੀਰ ਦੇ ਰੂਪ ਦੇ ਵਿੱਚ ਭਾਈ ਗਨੀ ਖਾਂ ਭਾਈ ਨਵੀ ਖਾਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਦੇ ਸਹਿਤ ਸਤਿਗੁਰੂ ਪਾਤਸ਼ਾਹ ਜੀ 14, 15 ਅਤੇ 16 ਪੋਹ ਜਾਣੀ ਕਿ 29, 30, 31 ਦਸੰਬਰ ਨੂੰ 3 ਦਿਨ 3 ਰਾਤਾਂ ਸਤਿਗੁਰੂ ਪਾਤਸ਼ਾਹ ਜੀ ਇੱਥੇ ਠਹਿਰੇ ਕਿਉਂਕਿ ਜਦੋਂ ਚਮਕੌਰ ਦੀ ਜੰਗ ਹੁੰਦੀ ਹੈ ਚਮਕੌਰ ਦੀ ਜੰਗ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਮਾਛੀਵਾੜਾ ਸਾਹਿਬ ਦੀ ਧਰਤੀ ਵਿਖੇ ਪਹੁੰਚਦੇ ਨੇ ਉੱਥੋਂ ਸਤਿਗੁਰੂ ਪਾਤਸ਼ਾਹ ਜੀ ਉੱਚ ਦੇ ਪੀਰ ਦਾ ਰੂਪ ਧਾਰਨ ਕਰਦੇ ਨੇ ਕੁਝ ਨਗਰ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਕੁਝ ਨਗਰ ਅਜਿਹੇ ਵੀ ਨੇ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਵਿੱਚ ਨਹੀਂ ਆਉਂਦੇ ਪਰ ਕਿਹਾ ਜਾਂਦਾ ਵੀ ਉਹਨਾਂ ਨਗਰਾਂ ਵਿੱਚੋਂ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਇਸ ਅਸਥਾਨ ਵਿਖੇ ਪਹੁੰਚੇ ਜਿਵੇਂ ਮਾਛੀਵਾੜੇ ਤੋਂ ਚੱਲ ਕੇ ਕੀੜੀ ਪਠਾਣਾ ਘੁੰਗਰਾਲੀ ਮਾਨੂਪੁਰ ਕੋਟਲਾ ਅਜਨੇਰ ਇਹ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਕੁਲਾਲ ਲਾਲ ਕਲਾਂ ਕਟਾਣਾ ਸਾਹਿਬ ਅਤੇ ਮੈਂ ਇਹ ਵੀ ਬੇਨਤੀ ਕਰਾਂ ਵੀ ਜਿਹੜੇ ਜਿਹੜੇ ਇਹ ਨਗਰਾਂ ਵਿੱਚ ਸਤਿਗੁਰੂ ਪਾਤਸ਼ਾਹ ਜੀ ਗਏ ਨੇ ਉਹਨਾਂ ਨਗਰਾਂ ਦੀਆਂ ਕੁਝ ਜਿਹੜੇ ਜਿਹੜੇ ਨਗਰਾਂ ਦੇ ਵਿੱਚੋਂ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਆਏ ਨੇ ਕੀੜੀ ਪਠਾਣਾ ਘੁੰਗਰਾਲੀ ਮਾਨੂਪੁਰ ਕੋਟਲਾ ਅਜਨੇਰ ਲਾਲ ਕਲਾਂ ਕੁਲਾਲ ਕਟਾਣਾ ਸਾਹਿਬ ਰਾਮਪੁਰ ਕਨੇਚ ਸਾਹਨੇਵਾਲ ਆਨੰਦਪੁਰ ਟਿੱਬਾ ਟਿੱਬੇ ਤੋਂ ਹੁੰਦਿਆਂ ਹੋਇਆਂ ਫਿਰ ਸਤਿਗੁਰੂ ਪਾਤਸ਼ਾਹ ਜੀ ਇਸ ਅਸਥਾਨ ਵਿਖੇ ਪਹੁੰਚਦੇ ਨੇ ਜਿਹਦਾ ਨਾਮ ਰੱਖਿਆ ਗਿਆ ਆਲਮਗੀਰ ਇਹਦਾ ਜਿਹੜਾ ਨਾਮ ਹੈ ਇਹ ਵੀ ਕਿਸੇ ਸਮੇਂ ਇੱਧਰ ਔਰੰਗਜ਼ੇਬ ਦੇ ਆਉਣ ਕਰਕੇ ਔਰੰਗਜ਼ੇਬ ਦੇ ਨਾਮ 'ਤੇ ਇਹਦਾ ਨਾਮ ਆਲਮਗੀਰ ਪਿਆ ਕਿਉਂਕਿ ਔਰੰਗਜ਼ੇਬ ਆਪਣੇ ਆਪ ਨੂੰ ਦਸਤਗੀਰ ਵੀ ਕਹਾਉਂਦਾ ਸੀ ਅਤੇ ਆਲਮਗੀਰ ਵੀ ਕਹਾਉਂਦਾ ਸੀ ਪਰ ਇਹ ਧਰਤੀ ਦੇ ਵੱਡੇ ਭਾਗ ਕਿ ਗੁਰੂ ਕਲਗੀਧਰ ਪਾਤਸ਼ਾਹ ਦੇ ਵੀ ਇੱਥੇ ਮੁਬਾਰਕ ਚਰਨ ਪਏ ਸਤਿਗੁਰੂ ਪਾਤਸ਼ਾਹ ਜਦੋਂ ਇੱਥੇ ਸਿੱਖਾਂ ਦੇ ਸਹਿਤ ਆਏ ਤਾਂ ਜਲ ਦੀ ਭਾਲ ਵਿੱਚ ਸਨ ਗੁਰੂ ਪਾਤਸ਼ਾਹ ਨੂੰ ਪਤਾ ਲੱਗਿਆ ਇੱਥੇ ਇੱਕ ਪਿੰਡ ਦੀ ਮਾਤਾ ਦੇ ਕੋਲੋਂ ਕਿ ਨੇੜੇ ਇੱਕ ਖੂਹ ਹੈ ਪਰ ਖੂਹ ਦੇ ਉੱਤੇ ਇੱਕ ਸਰਾਲ ਰਹਿੰਦੀ ਹੈ ਸਤਿਗੁਰੂ ਪਾਤਸ਼ਾਹ ਜੀ ਉੱਥੇ ਪਹੁੰਚੇ ਅਤੇ ਸਰਾਲ ਦਾ ਪਾਰ ਉਤਾਰਾ ਕਰਨ ਦੇ ਲਈ ਗੁਰੂ ਪਾਤਸ਼ਾਹ ਨੇ ਇੱਕ ਤੀਰ ਛੱਡਿਆ ਤੀਰ ਸਰਾਲ ਦੇ ਲੱਗਿਆ ਪਰ ਸਰਾਲ ਜਦੋਂ ਖੂਹ ਵਿੱਚ ਡਿੱਗੀ ਅਤੇ ਪਾਣੀ ਪੀਣ ਦੇ ਯੋਗ ਨਾ ਰਿਹਾ ਫਿਰ ਸਤਿਗੁਰੂ ਪਾਤਸ਼ਾਹ ਨੇ ਇੱਕ ਪਿੱਛੇ ਸਥਾਨ ਬਣਿਆ ਹੋਇਆ ਜਿਹਨੂੰ ਤੀਰਸਰ ਸਾਹਿਬ ਦੇ ਨਾਮ ਦੇ ਨਾਲ ਚੇਤੇ ਕੀਤਾ ਜਾਂਦਾ ਹੈ ਇੱਥੇ ਧਰਤੀ ਦੀ ਹਿੱਕ ਦੇ ਵਿੱਚ ਤੀਰ ਮਾਰ ਕੇ ਸਤਿਗੁਰੂ ਪਾਤਸ਼ਾਹ ਨੇ ਜਲ ਦਾ ਸੋਮਾ ਪ੍ਰਗਟ ਕੀਤਾ ਅਤੇ ਜਿਹੜੀ ਉਹ ਮਾਈ ਸੀ ਜਿਹਨੇ ਖੂਹ ਦੇ ਪਾਣੀ ਦੇ ਬਾਰੇ ਪਤਾ ਦਿੱਤਾ ਸੀ ਕਿਹਾ ਜਾਂਦਾ ਵੀ ਕੋਹੜ ਦੇ ਰੋਗ ਦੇ ਨਾਲ ਪੀੜਿਤ ਸੀ ਸਤਿਗੁਰੂ ਪਾਤਸ਼ਾਹ ਨੇ ਕਿਹਾ ਕਿ ਭਾਈ ਬਾਣੀ ਪੜ੍ਹੋ ਨਾਮ ਜਪੋ ਨਾਮ ਜਪਦਿਆਂ ਹੋਇਆਂ ਇੱਥੇ ਇਸ਼ਨਾਨ ਕਰੋ ਜਦੋਂ ਉਹਨੇ ਇਸ਼ਨਾਨ ਕੀਤਾ ਤਾਂ ਉਹਦਾ ਕੋਹੜ ਦਾ ਰੋਗ ਦੂਰ ਹੋ ਗਿਆ ਅੱਜ ਵੀ ਇੱਥੇ ਵੱਡੇ ਵੱਡੇ ਰੋਗੀ ਜਦੋਂ ਸ਼ਰਧਾ ਭਾਵਨਾ ਦੇ ਨਾਲ ਇਸ਼ਨਾਨ ਕਰਦੇ ਨੇ ਅਤੇ ਉਹਨਾਂ ਦੇ ਅੱਜ ਵੀ ਰੋਗ ਨਿਵਰਤ ਹੁੰਦੇ ਨੇ ਉਹ ਅੱਜ ਵੀ ਉਹਨਾਂ ਨੂੰ ਦੇਹ ਰੋਗਤਾ ਤੰਦਰੁਸਤੀ ਇੱਥੋਂ ਪ੍ਰਾਪਤ ਹੁੰਦੀ ਹੈ ਅਤੇ ਇੱਥੇ ਦੀਆਂ 3 ਇਤਿਹਾਸਿਕ ਘਟਨਾਵਾਂ ਇਸ ਅਸਥਾਨ ਦੇ ਨਾਲ ਸੰਬੰਧਿਤ ਰੱਖਦੀਆਂ ਨੇ ਇੱਕ ਤਾਂ ਭਾਈ ਨਗਾਈਆ ਸਿੰਘ ਜੀ ਦੇ ਵੱਲੋਂ ਇਸ ਪਵਿੱਤਰ ਸਥਾਨ 'ਤੇ ਸਤਿਗੁਰੂ ਪਾਤਸ਼ਾਹ ਨੂੰ ਘੋੜਾ ਅਰਪਣ ਕੀਤਾ ਗਿਆ ਕਿਉਂਕਿ ਇੱਕ ਇੱਥੇ ਆਪਣੇ ਨਗਰ ਪੈਂਦਾ ਨੇੜੇ ਹੀ ਮੂਲੋਵਾਲ ਮੂਲੋਵਾਲ ਭਾਈ ਨਗਾਈਆ ਸਿੰਘ ਜੀ ਦਾ ਨਾਨਕਾ ਨਗਰ ਸੀ ਥੋੜ੍ਹਾ ਜਿਹਾ ਆਪਾਂ ਪਿੱਛੇ ਚੱਲੀਏ 1665 ਦੇ ਤਕਰੀਬਨ ਗੁਰੂ ਤੇਗ ਬਹਾਦਰ ਪਾਤਸ਼ਾਹ ਇਸ ਇਲਾਕੇ ਵਿੱਚ ਆਏ ਸੀ ਅਤੇ ਭਾਈ ਨਗਾਈਆ ਸਿੰਘ ਜੀ ਦੇ ਨਾਨਾ ਜੀ ਸਨ ਭਾਈ ਪਿਆਰਾ ਸਿੰਘ ਜੀ ਭਾਈ ਪਿਆਰਾ ਸਿੰਘ ਜੀ ਆਪਣੀ ਧੀ ਦੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸੇਵਾ ਵਿੱਚ ਹਾਜ਼ਰ ਹੋਏ ਅਤੇ ਸਤਿਗੁਰੂ ਪਾਤਸ਼ਾਹ ਤੋਂ ਉਹਨਾਂ ਨੇ ਵਰਦਾਨ ਲਿਆ ਉਸ ਲੜਕੀ ਨੇ ਕਿ ਜਿਹੜਾ ਮੇਰਾ ਵੱਡਾ ਪੁੱਤਰ ਹੋਵੇ ਉਹ ਆਪ ਦੇ ਦਰ ਘਰ ਦਾ ਗੁਰੂ ਪਾਤਸ਼ਾਹ ਜੀ ਸੇਵਕ ਹੋਵੇ ਉਸੇ ਹੀ ਬੱਚੀ ਤੋਂ ਅਗਾਂਹ ਭਾਈ ਨਗਾਈਆ ਸਿੰਘ ਜੀ ਪੈਦਾ ਹੁੰਦੇ ਨੇ ਅਤੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਸੀ ਤੁਹਾਡਾ ਪੁੱਤਰ ਇਹੋ ਜਿਹੀ ਸੇਵਾ ਕਰੇਗਾ ਤੁਹਾਡੇ ਪੁੱਤਰ ਦੀ ਕੀਤੀ ਹੋਈ ਸੇਵਾ ਨੂੰ ਸਾਰਾ ਜਹਾਨ ਚੇਤੇ ਕਰੇਗਾ ਅਤੇ ਭਾਈ ਨਗਾਈਆ ਸਿੰਘ ਜੀ ਨੇ ਜਦੋਂ ਘੋੜਾ ਅਰਪਣ ਕੀਤਾ ਉਹ ਤੋਂ ਬਾਅਦ ਸਮੇਂ ਦੀ ਸਰਕਾਰ ਨੂੰ ਜਦੋਂ ਪਤਾ ਲੱਗਿਆ ਭਾਈ ਨਗਾਈਆ ਸਿੰਘ ਜੀ ਦਾ ਸਾਰਾ ਹੀ ਪਰਿਵਾਰ ਸ਼ਹੀਦ ਕਰ ਦਿੱਤਾ ਭਾਈ ਸਾਹਿਬ ਜੀ ਬਚਦੇ ਬਚਾਉਂਦੇ ਕਿਵੇਂ ਨਾ ਕਿਵੇਂ ਆਪਣੇ ਨਾਨਕੇ ਮੂਲੋਵਾਲ ਵਿਖੇ ਪਹੁੰਚੇ ਕਿਹਾ ਜਾਂਦਾ ਮੂਲੋਵਾਲ ਪਹੁੰਚ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਭਾਈ ਨਗਾਈਆ ਸਿੰਘ ਜੀ ਨੂੰ ਮਿਲਦੇ ਵੀ ਨੇ
ते एक दूजा इत्थे भाई गनी खां भाई नवी खां जिहड़े कि माछीवाड़ा साहब की धरती तो चले सन। माछीवाड़ा साहब की धरती तो उचते पीर का रूप जदों सतगुरु पातशाह ने धारण किया, भाई गनी खां भाई नवी खां ने अपने जान ते खेल के सतगुरु पातशाह की बड़ी अथाह सेवा की। सतगुरु पातशाह ने प्रसन्न होकर भाई गनी खां भाई नवी खां के हित एक हुक्मनामा जारी किया कि ये मेरे पुत्र हैं, मेरे फरजंद हैं, औखे समय मेरे काम आए हैं, जो भी सिख संगत इन्हां दी सेवा करेगी उसते मेरी अथाह खुशी होगी। तो मैं संगतां नूं जानकारी देना चाहुंदा भी वह जिहड़ा गुरु पातशाह का लिखा हुआ हुक्मनामा है ना, अज भाई गनी खां की छेवीं बस चलती है जो कि पाकिस्तान के नबीपुर महल्ले रहिंदी है, तो चार मरले का उन्हां दा मकान बनाया होया है। माछीवाड़ा साहब की धरती ते उन्हां दा मकान चार कनालां दा सी, ते जिहड़ा पाकिस्तान दे विच मकान है कहा जांदा भी वह चार मरले का मकान है। छेवीं बस भाई साहब जी की चलती है, तो उन्होंने वो सतगुरु पातशाह का हुक्मनामा साहब अज भी अपने कोल संभाल के रखिया हो। भाई गनी खां भाई नवी खां खुश होकर सतगुरु पातशाह ने हुक्मनामा साहब जारी किया। तो गुरमुख प्यारियो इत्थे ही सतगुरु पातशाह जी ने भाई गनी खां भाई नवी खां नवाजिया, धरती की हिक दे विच तीर मार के जल का सोमा प्रगट किया। भाई नगाइया सिंह जी ने सतगुरु पातशाह जी ने घोड़ा अर्पण किया। सो ये अस्थान पर सतगुरु पातशाह 14, 15, 16 पोह 3 दिन 3 रातां गुरु पातशाह रहे, क्योंकि जिहड़ा माछीवाड़ा साहब का स्थान है ना उत्थे गुरु पातशाह 9, 10 अते 11 पोह ये 3 दिन 3 रातां गुरु पातशाह बतीत करते हैं। 12 पोह नूं सतगुरु पातशाह जी उचते पीर का रूप धारण करके उत्थों जांदे पाउंदे ने। ते मैं ये भी संगतां नूं जानकारी दे दिया भी ये जिहड़ा अस्थान है ये माछीवाड़ा साहब तो चल के 39 किलोमीटर है, चमकौर साहब तो चल के 70 किलोमीटर है, आनंदपुर साहब की धरती तो चल के 134 किलोमीटर है। सो सतगुरु पातशाह जी इवें नगरां नूं भाग लाउंदिया होइआं इस पावन पवित्र स्थान विखे पहुँचे, बड़ियां संगतां आस्था दे नाल शरधा दे नाल इस पवित्र स्थान ते पहुँचदियां ने। इत्थे हर हफ्तावारी दीवान सजाए जांदे ने, ऐतवार वाले दिन इत्थे बड़ा इकट्ठ हुंदा है ते ऐतवार नूं ही इत्थे अमृत संचार भी हुंदा है। सो सरोवर बनिया होइआ है जिथे सतगुरु पातशाह ने तीर मार के जल का सोमा प्रगट किया, उस सरोवर में इनान करके बड़े बड़े रोगियों के रोग टुटते हैं। सो संगतां नूं बेनती है कि यह जिहड़ा पवित्र स्थान है, क्योंकि गुरु पातशाह जी मंजी ते सवार होके आए, मंजी ते सवार होके आउण करके इस अस्थान का नाम मंजी साहब रखिया गया, नगर का नाम है आलमगीर। सो इस पवित्र स्थान ते पहुँचो, पवित्र स्थान ते पहुँच के गुरु दसम पातशाह के इतिहासक पवित्र स्थान के दर्शन दीदार करो, गुरु घर दीआं खुशियां प्राप्त करो जी। वाहिगुरु जी का खालसा वाहिगुरु जी की फतेह। ठीक है जी, गुरद्वारा मंजी साहब मेन दरबार साहिब आलमगीर। बहुत ही सोहना अंदरली साइड तो बनया हुआ श्री गुरु गोबिंद सिंह जी मंजी साहिब आलमगीर, बहुत ही सोहना बनया हुआ गुरद्वारा साहब अनशान साहिब, भोरा साहिब गुरद्वारा मंजी साहिब आलमगीर। साढ़े रास्ता जाने का पौड़ियाँ बनिया हुई साढ़े जाने आप देख सकते हैं सब। वीडियो में बात बात शेयर करो, चैनल सबसक्राइब करो। रस्ता बाहर बाहर जाने लिए बनया हुआ जिहड़ा पहला देख के आया वो सिर्फ अंदर आने लिए रास्ता है, आ रस्ता बाहर जाने लिए बनया हुआ। गुरद्वारा मंजी साहब का पवित्र सरोवर, ये आ जी खूह आलमगीर गुरद्वारा साहब के बैक साइड बनाया हुआ, थोड़ा जि पिछे आके खेतों के इतने गुरु गोबिंद सिंह जी ने एक सराल के तीर मारे से, तीर ब सराल के जो बजा था इस खूह आके डिग पी सी।